ਸਾਹਮਣੇ ਆਈ ਗੱਲ ਚੰਗੀ ਤਰ੍ਹਾਂ ਸਾਡੀ ਪਕੜ ਚ ਆ ਜਾਏ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਬੜਾ ਵਿਸ਼ਾਲ ਹੈ, ਕੁਝ ਕੁ ਝਲਕੀਆਂ ਦਾ ਆਪਾਂ ਜ਼ਿਕਰ ਕਰ ਪਾਵਾਂਗੇ, ਪਰ ਜਿੰਨਾ ਕੁ ਆਪਾਂ ਜ਼ਿਕਰ ਕਰਨਾ ਉਹਦੇ ਸਿਧਾਂਤ ਨੂੰ ਸਮਝਣ ਦਾ ਯਤਨ ਕਰੀਏ। ਇੱਕ ਪਤਨੀ ਦਾ ਪਤੀ ਪਰਦੇਸ ਤੁਰ ਜਾਂਦਾ, ਰੋਜੀ ਦੇ ਸਿਲਸਿਲੇ ਵਿੱਚ ਪਰਦੇਸ ਜਾਂਦਾ, ਲੰਮੇਰਾ ਸਮਾਂ ਗੁਜ਼ਰ ਜਾਂਦਾ ਗਏ ਨੂੰ। ਪਤੀ ਤੇ ਪਤਨੀ ਦਾ ਬੜਾ ਡੂੰਘਾ ਪ੍ਰੇਮ ਸੀ ਤੇ ਉਹ ਵਾਰ ਵਾਰ ਆਪਣੇ ਪਤੀ ਨੂੰ ਚਿੱਠੀਆਂ ਲਿਖਦੀ ਹੈ, ਖਤ ਪਾਉਂਦੀ ਹੈ, ਤੂੰ ਮੁੜਿਆ ਕਰ, ਤੂੰ ਵਾਪਸ ਆ ਜਾ। ਅੱਜ ਪਤੀ ਨੇ ਸਰਪ੍ਰਾਈਜ਼ ਦਿੱਤਾ, ਦੱਸਿਆ ਨਹੀਂ, ਬਿਨਾਂ ਦੱਸਣ ਤੋਂ ਘਰ ਦੇ ਦਰਵਾਜ਼ੇ ਵਿੱਚ ਆ ਗਿਆ। ਆ ਕੇ ਕੀ ਦੇਖਦਾ, ਉਹਦੀ ਪਤਨੀ ਟੇਬਲ ਤੇ ਬੈਠੀ ਨਾ ਇੱਕ ਹੋਰ ਚਿੱਠੀ ਲਿਖ ਰਹੀ ਹੈ। ਚਿੱਠੀ ਲਿਖਣ ਦਾ ਉਹਦਾ ਅੰਦਾਜ਼, ਉਹਦਾ ਢੰਗ ਇੰਨਾ ਕੁ ਚੰਗਾ ਲੱਗਿਆ ਪਤੀ ਨੂੰ, ਉਹਨੇ ਆਵਾਜ਼ ਦੇਣੀ ਮੁਨਾਸਿਬ ਨਹੀਂ ਸਮਝੀ। ਉਹ ਦੇਖ ਰਿਹਾ ਕਿ ਮੇਰੀ ਘਰਵਾਲੀ, ਮੇਰੀ ਪਤਨੀ ਬੜੀ ਮਸਤ ਹੋ ਕੇ, ਲੀਨ ਹੋ ਕੇ ਕਾਗਜ਼ ਦੀ ਹਿੱਕ ਦੇ ਉੱਤੇ ਅੱਖਰ ਵਾਹ ਰਹੀ ਹੈ, ਲਿਖ ਰਹੀ ਹੈ ਚਿੱਠੀ। ਉਹਨੇ ਬੁਲਾਉਣਾ ਆਵਾਜ਼ ਦੇ ਕੇ ਉਹਨੂੰ ਉਸ ਬਿਰਤੀ ਵਿੱਚੋਂ ਉਖੇੜਨਾ ਚੰਗਾ ਨਹੀਂ ਸਮਝਿਆ। ਇੱਕ ਪਾਸੇ ਖਲੋ ਕੇ ਦੇਖਦਾ ਰਿਹਾ, ਚਿੱਠੀ ਖਤਮ ਹੋਏਗੀ ਆਪ ਹੀ ਉੱਠੂਗੀ। ਪਰ ਪਤਨੀ ਨੇ ਕੀ ਕੀਤਾ, ਇੱਕ ਪੇਜ ਭਰ ਲਿਆ ਉਹ ਮੁੱਕ ਗਿਆ, ਦੂਜਾ ਪੇਜ ਹੋਰ ਲੈ ਲਿਆ, ਉਹਨੂੰ ਵੀ ਭਰ ਦਿੱਤਾ। ਪਤੀ ਉਡੀਕ ਰਿਹਾ ਹੈ, ਲੰਮੀ ਵਾਟ ਦਾ ਸਫ਼ਰ ਮੁਕਾ ਕੇ ਆਇਆ ਸੀ, ਦੋ ਪੇਜ ਭਰੇ ਗਏ, ਹੁਣ ਤੀਜਾ ਪੇਜ ਫੜ ਕੇ ਉਹ ਫੇਰ ਲਿਖਣਾ ਸ਼ੁਰੂ ਕਰਨ ਲੱਗੀ ਤੇ ਇੱਕਦਮ ਨੇੜੇ ਜਾ ਕੇ ਨਾ, ਹੁਣ ਪਤੀ ਤੋਂ ਰਿਹਾ ਨਹੀਂ ਗਿਆ, ਉਹਨੇ ਉਹਨੂੰ ਆਵਾਜ਼ ਦੇ ਦਿੱਤੀ, ਉਹਨੂੰ ਬੁਲਾ ਲਿਆ। ਕਹਿਣ ਲੱਗਾ, ਭਗਵਾਨੇ ਕੀ ਕਰਦੀ। ਪਤਨੀ ਉੱਠੀ, ਮਨ ਵਿੱਚ ਖੁਸ਼ੀ ਦੀ ਲਹਿਰ ਹੈ, ਕਹਿੰਦੀ ਮੈਂ ਤੇ ਤੁਹਾਨੂੰ ਹੀ ਚਿੱਠੀ ਲਿਖ ਰਹੀ ਸੀ, ਤੁਹਾਨੂੰ ਹੀ ਚਿੱਠੀ ਲਿਖ ਰਹੀ ਸੀ, ਚਿੱਠੀ ਦੇ ਅੱਖਰਾਂ ਰਾਹੀਂ ਤੁਹਾਨੂੰ ਆਪਣੇ ਕੋਲ ਬੁਲਾ ਰਹੀ ਸੀ, ਤੁਹਾਡੇ ਨਾਲ ਗੱਲਾਂ ਕਰ ਰਹੀ ਸੀ, ਤੁਸੀਂ ਆ ਗਏ, ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਆਏ ਹੋ ਤੁਸੀਂ, ਮੈਨੂੰ ਪਤਾ ਹੀ ਨਹੀਂ ਲੱਗਿਆ। ਗੁਰਮੁਖੋ ਇੱਕ ਉਦਾਹਰਨ ਹੈ, ਇੱਕ ਪ੍ਰਮਾਣ ਹੈ। ਆ ਜਿੰਨੇ ਦੀਵਾਨ ਲੱਗ ਰਹੇ ਨੇ, ਗੁਰਦੁਆਰੇ ਬਣੇ ਹੋਏ ਨੇ, ਲੰਗਰ ਚੱਲ ਰਹੇ ਨੇ, ਨਮਾਜ਼ਾਂ ਪੜ੍ਹੀਆਂ ਜਾ ਰਹੀਆਂ, ਕੀਰਤਨ ਕੀਤਾ ਜਾ ਰਿਹਾ, ਇਹ ਸਾਰੀ ਦੁਨੀਆਂ ਰੱਬ ਨੂੰ ਚਿੱਠੀਆਂ ਹੀ ਲਿਖ ਰਹੀ ਹੈ, ਚਿੱਠੀਆਂ ਲਿਖ ਰਹੇ ਹਾਂ ਆਪਾਂ, ਰੱਬਾ ਤੂੰ ਆ, ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਮੇਰੇ ਵਾਹਿਗੁਰੂ ਜੀ ਤੁਸੀਂ ਆ ਜਾਓ, ਅਸੀਂ ਤੁਹਾਡੇ ਦਰਸ਼ਨ ਕਰਨੇ ਚਾਹੁੰਦੇ ਹਾਂ। ਤੇ ਰੱਬ ਕਹਿੰਦਾ, ਸੱਜਣਾ ਚਿੱਠੀ ਲਿਖ ਰਿਹਾ ਤੂੰ ਬੜੇ ਪਿਆਰ ਨਾਲ, ਪਰ ਲਿਖ ਰਿਹਾ ਨੀਵੀਂ ਪਾ ਕੇ, ਨੀਵੀਂ ਪਾ ਕੇ, ਨੀਵੀਂ ਸੋਚ ਨਾਲ। ਜਦੋਂ ਉਸ ਪਤਨੀ ਨੇ ਨੀਵੀਂ ਪਾਈ ਹੋਈ ਸੀ, ਨਿਗਾਹ ਉੱਤੇ ਕੀਤੀ ਤੇ ਸਾਹਮਣੇ ਪਤੀ ਖਲੋਤਾ ਸੀ, ਸਿੱਖਾ ਜਿਸ ਦਿਨ ਤੇਰੀ ਸੋਚ, ਤੇਰੀ ਨਿਗਾਹ, ਤੇਰੀ ਦ੍ਰਿਸ਼ਟੀ ਉੱਤੇ ਹੋ ਗਈ, ਜਿਹਨੂੰ ਤੂੰ ਜਨਮਾਂ ਜਨਮਾਂ ਤੋਂ ਚਿੱਠੀਆਂ ਪਾ ਕੇ ਆਪਣੇ ਕੋਲ ਬੁਲਾਉਣਾ ਚਾਹੁੰਦਾ ਸੀ, ਉਹਨੇ ਇੱਕਦਮ ਤੇਰੇ ਨਾਲ ਗੱਲ ਕਰਕੇ ਕਹਿਣਾ ਮੈਂ ਤੇ ਤੇਰੇ ਤੋਂ ਦੂਰ ਕਦੇ ਗਿਆ ਹੀ ਨਹੀਂ। ਮੈਂ ਤੇ ਕਦੇ ਤੇਰੇ ਤੋਂ ਵਿਛੜੇ ਨਹੀਂ ਸੀ, ਮੈਂ ਤੇ ਕਦੇ ਤੇਰੇ ਤੋਂ ਓਹਲੇ ਹੋਏ ਨਹੀਂ ਸੀ।
ਨਾ ਵਾਕਫੀ ਨਾ ਜਾਣਕਾਰੀ ਇੱਕ ਬਹੁਤ ਵੱਡੀ ਦੂਰੀ ਹੈ। ਬੰਦਾ ਬੰਦੇ ਵੱਲੋਂ ਤੇ ਮੁੱਖ ਫੇਰ ਸਕਦਾ ਪਰ ਰੱਬ ਵਾਲੇ ਪਾਸੇ ਮੁੱਖ ਕਿੱਧਰ ਨੂੰ ਫੇਰੂ? ਉਹ ਤੇ ਹੈ ਹੀ ਸਾਰੀਆਂ ਦਿਸ਼ਾਵਾਂ ਤੇ ਚਾਰੇ ਪਾਸੇ ਮੌਜੂਦ ਹੈ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਉਹਦੇ ਵੱਲੋਂ ਤੇ ਆਪਾਂ ਮੂੰਹ ਵੀ ਨਹੀਂ ਫੇਰ ਸਕਦੇ, ਪਿੱਠ ਵੀ ਨਹੀਂ ਕਰ ਸਕਦੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਗਤ ਨੂੰ ਇਹੀ ਸਮਝਾਉਣ ਆਏ ਸੀ, ਦੁਨੀਆਂ ਦੇ ਲੋਕੋ ਉਹ ਤੇ ਹਵਾਵਾਂ ਦੀ ਛਾਂ ਛਾਂ ਦੇ ਵਿੱਚ ਗੂੰਜਦਾ ਹੈ, ਉਹ ਤੇ ਪੌਣਾ ਦੇ ਵਿੱਚ ਵਸਿਆ ਹੈ, ਉਹ ਤੇ ਪਾਣੀ ਵਿੱਚ ਵਸਿਆ ਹੈ, ਉਹ ਤੇ ਮਿੱਟੀ ਦੇ ਜਰੇ ਜਰੇ ਵਿੱਚ ਵਸਿਆ। ਮੈਂ ਤੇ ਦੁਨੀਆਂ ਤੇ ਆਇਆ ਹੀ ਇਸੇ ਵਾਸਤੇ ਹਾਂ, ਜਿਹਨੂੰ ਤੁਸੀਂ ਬਾਹਰ ਲੱਭਦੇ ਫਿਰਦੇ ਹੋ, ਦੂਰ ਜਾਣ ਜਾਣ ਕੇ ਚਿੱਠੀਆਂ ਭੇਜ ਰਹੇ ਹੋ, ਉਹ ਤੇ ਤੁਹਾਡੇ ਸਾਹਮਣੇ ਖਲੋਤਾ। ਬਸ ਤੁਸੀਂ ਨੀਵੀਂ ਨਾ ਪਾਓ। ਨੀਵੀਂ ਨਾ ਪਾਉਣ ਦਾ ਮਤਲਬ ਆਪਣੀ ਜ਼ਿੰਦਗੀ ਦੀ ਸੋਚ ਨੂੰ, ਦ੍ਰਿਸ਼ਟੀ ਨੂੰ, ਜ਼ਿੰਦਗੀ ਜਿਉਣ ਦੇ ਨਜ਼ਰੀਏ ਨੂੰ ਨੀਵਾਂ ਨਾ ਕਰੋ। ਜਿਸ ਦਿਨ ਗੁਰੂ ਦੀ ਕਿਰਪਾ ਨਾਲ ਤੁਹਾਡੀ ਨਿਗਾਹ ਉੱਚੀ ਹੋ ਗਈ, ਤੁਹਾਡੀ ਸੋਚ ਉੱਚੀ ਹੋ ਗਈ, ਤੁਹਾਡੇ ਖਿਆਲ ਉੱਚੇ ਹੋ ਗਏ, ਤੁਹਾਨੂੰ ਸਾਹਮਣੇ ਖਲੋਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਣ। ਉਹਦਾ ਮਿਲਾਪ ਹੋ ਜਾਣਾ ਹੈ। ਬਾਬਾ ਲਹਿਣਾ ਜੀ ਪੁੱਛਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ, ਮੈਂ ਗੁਰੂ ਨਾਨਕ ਦੇ ਘਰ ਜਾਣਾ, ਤੁਸੀਂ ਮੈਨੂੰ ਉਹਦਾ ਘਰ ਦਿਖਾ ਸਕਦੇ ਹੋ, ਰਸਤਾ ਦੱਸ ਸਕਦੇ ਹੋ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਅੱਜ ਬੜੇ ਖੁਸ਼ ਨੇ, ਬੜੇ ਪ੍ਰਸੰਨ ਨੇ, ਦਿਲੋਂ ਪ੍ਰਸੰਨ ਨੇ। ਮੁਲਾਕਾਤ ਪਹਿਲੀ ਹੈ ਪਰ ਆ ਗਏ ਨੇ ਆਪ ਚੱਲ ਕੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਤਾ ਦੁਨੀਆਂ ਤੇ ਰਸਤੇ ਪੁੱਛਣ ਵਾਲੇ ਬੜੇ ਮਿਲਦੇ ਨੇ ਪਰ ਰਸਤੇ ਤੇ ਚੱਲਣ ਵਾਲਾ ਤੇ ਅੱਜ ਹੀ ਆਇਆ। ਪੁੱਛਣ ਵਾਲੀ ਬੜੀ ਦੁਨੀਆ, ਪੁੱਛ ਪੁੱਛ ਕੇ ਮੁੜ ਜਾਂਦੀ, ਨੌਲੇਜ ਲੈ ਕੇ ਗਿਆਨ ਇਕੱਠਾ ਕਰਕੇ ਮੁੜ ਜਾਂਦੀ ਵੀ ਸਾਨੂੰ ਸਾਰਾ ਇਤਿਹਾਸ ਯਾਦ ਹੋ ਗਿਆ, ਸਾਰੇ ਧਰਮਾਂ ਦੀ ਨੌਲੇਜ ਮਿਲ ਗਈ। ਪੁੱਛ ਪੁੱਛ ਕੇ ਦੁਨੀਆ ਮੁੜ ਗਈ ਪਰ ਚੱਲਣ ਵਾਲਾ ਕੌਣ? ਭਾਈ ਗੁਰਦਾਸ ਜੀ ਕਹਿੰਦੇ ਪੁੱਛਣ ਵਾਲੇ ਤੇ ਲੱਖਾਂ ਨੇ, ਚੱਲਣ ਵਾਲਾ ਕੋਈ ਵਿਰਲਾ ਹੈ। ਗੱਲਾਂ ਕਰਨ ਵਾਲੇ ਬਹੁਤ ਨੇ ਪਰ ਮਾਰਗ ਦੇ ਪੈਰ ਧਰਨ ਵਾਲਾ ਕੋਈ ਵਿਰਲਾ ਹੈ। ਗੱਲਾਂ ਨਾਲ ਪ੍ਰੀਤਮ ਦੇ ਦੇਸ਼ ਨਹੀਂ ਜਾਇਆ ਜਾਣਾ, ਭਾਈ ਗੁਰਦਾਸ ਜੀ ਦੇ ਬਚਨ। ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਸਾਰੇ ਬੋਲੋ कैसे बातन से जाइए, 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 बातन से जाइए। Thank you.
प्रीतम के देश कैसे वातन से जाइए, प्रीतम के देश कैसे वातन से जाइए, प्रीतम के देश पूछत है पथक तह मार्ग ना धारे पग, प्रीतम के देश कैसे वातन से जाइए। धन गुरु नानक देव सच्चे पातशाह जी कहंदे प्यारिया मैनू गुरु नानक दा घर चंगी तरह पता ते मैं सब तो वध ही उहनूं जाणदा, नेड़े वी आ उहदे। तू ऐदा कर मेरे पिछे आ जा। अगां वध के गुरु नानक देव सच्चे पातशाह जी ने ना घोड़े दीआं बागां नूं फड़ लिया। दुनिया रस्ता दस सकदी है पर साडा गुरु इकला रस्ता दसदा नहीं। जिहदी उंगली फड़ लवे, जिहनूं आपणा बना लवे, उहनूं रब दे घर तक लै जांदा, उहनूं मंजिले मकसूद तक लै के जांदा। धन गुरु नानक देव सच्चे पातशाह जी ने घोड़े दीआं वागां फड़ियां, अगे अगे सतगुरु जी ते घोड़े ते सवार होए बाबा लहणा जी जा रहे ने। तुरे जांदे ने बड़ी प्यारी चाल, बड़ी धीमी चाल, ते रस्ते विच जांदिआं धन गुरु नानक देव सच्चे पातशाह जी ने करतार दीआं बातां, ਨਿਰੰਕਾਰ ਦੀਆਂ ਬਾਤਾਂ ਬਾਬਾ ਲਹਿਣਾ ਜੀ ਨੂੰ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਸਮਾਂ ਗੁਜ਼ਰਦਾ, ਬਾਬਾ ਲਹਿਣਾ ਜੀ ਕਹਿੰਦੇ ਕਦੋਂ ਕੋ ਆਏਗਾ ਘਰ, ਜਿਹਦਾ ਰਸਤਾ ਪੁੱਛ ਕੇ ਜਿਹਦੇ ਪਿੱਛੇ ਲੱਗ ਕੇ ਬਾਬਾ ਮੈਂ ਤੇਰੇ ਨਾਲ ਚੱਲਿਆ, ਤੇਰੀਆਂ ਗੱਲਾਂ ਸੁਣ ਕੇ ਜਿਹਦਾ ਹਿਰਦਾ ਭਰ ਗਿਆ, ਜਿਹਦਾ ਆਨੰਦ ਮੈਂ ਬਿਆਨ ਨਹੀਂ ਕਰ ਸਕਦਾ, ਜਦੋਂ ਉਹਦੇ ਘਰ ਤੱਕ ਪਹੁੰਚਾਂਗਾ ਉਹ ਕਿਸ ਤਰ੍ਹਾਂ ਦਾ ਹੋਏਗਾ, ਉਹਦਾ ਪ੍ਰਤੱਖ ਦਰਸ਼ਨ ਕਿਸ ਤਰ੍ਹਾਂ ਦਾ ਹੋਏਗਾ। ਅਖੀਰ ਉਹ ਵੇਲਾ ਉਹ ਘੜੀ ਆਈ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਦੀ ਚੌਖਟ ਤੇ ਜਾ ਕੇ ਬਾਬਾ ਲਹਿਣਾ ਜੀ ਖਲੋਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਾਹਮਣੇ ਕਿੱਲੇ ਨਾਲ ਘੋੜਾ ਬੰਨ, ਇਸ਼ਾਰਾ ਕਰਤਾ ਉਹ ਸਾਹਮਣੇ ਕਮਰਾ ਹੈ, ਉਸ ਦਰਵਾਜ਼ੇ ਵਿੱਚੋਂ ਲੰਘ ਕੇ ਅੰਦਰ ਚਲੇ ਜਾਏ। ਬਾਬਾ ਲਹਿਣਾ ਜੀ ਘੋੜਾ ਬੰਨਿਆ, ਹੱਥ ਪੈਰ ਸਾਫ਼ ਕੀਤੇ, ਰਸਤੇ ਹੋਏ ਦੱਸੇ ਵਿੱਚੋਂ ਇਸ਼ਾਰਾ ਸਮਝਦਿਆਂ ਹੋਇਆ ਜਦੋਂ ਕਮਰੇ ਦੇ ਅੰਦਰ ਪ੍ਰਵੇਸ਼ ਕੀਤੇ ਹੈ ਤੇ ਗੁਰਮੁਖੋ ਸਾਹਮਣੇ ਉਹੀ ਮੂਰਤ, ਉਹੀ ਸਰੂਪ ਜਿਹੜਾ ਘੋੜੇ ਦੀਆਂ ਬਾਗਾਂ ਫੜ ਕੇ ਨਾਲ ਲੈ ਕੇ ਆਇਆ ਸੀ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਚੌਂਕੜਾ ਲਗਾ ਕੇ ਕਮਰੇ ਚ ਬੈਠੇ। ਇਹਨੂੰ ਕੇਵਲ ਸਾਖੀ ਨਾ ਸਮਝਿਓ ਗੁਰਮੁਖੋ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਇਹ ਦ੍ਰਿਸ਼ ਸਾਨੂੰ ਸਮਝਾ ਰਿਹਾ ਭਾਈ
ਅਸਲ ਵਿੱਚ ਬਾਹਰ ਵੀ ਮੈਂ ਹੀ ਹਾਂ ਤੇ ਅੰਦਰ ਵੀ ਮੈਂ ਹੀ ਹਾਂ, ਬਾਹਰ ਵੀ ਮੈਂ ਹੀ ਹਾਂ ਤੇ ਅੰਦਰ ਵੀ ਮੈਂ ਹੀ ਹਾਂ। ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ। ਇਹ ਨਾ ਸੋਚੀ ਕਿ ਗੁਰਦੁਆਰੇ ਚ ਗੁਰੂ ਰਹਿੰਦਾ ਤੇ ਅੰਦਰ ਹੈ ਨਹੀਂ, ਤੇਰੇ ਅੰਦਰ ਵੀ ਹਾਂ ਮੈਂ, ਬਾਹਰ ਵੀ ਹਾਂ ਮੈਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਦਰਸ਼ਨ ਕਰਕੇ ਬਾਬਾ ਲਹਿਣਾ ਜੀ ਜਦੋਂ ਝਾ ਕੇ ਜਾ ਕੇ ਚਰਨਾਂ ਦੇ ਡਿੱਗੇ, ਵਿਰਾਗ ਆ ਗਿਆ ਮਨ ਚ, ਅਹਿਸਾਸ ਹੋਇਆ ਮਨ ਨੂੰ ਮਨਾ ਤੇਰੇ ਤੋਂ ਭੁੱਲ ਹੋ ਗਈ। ਸਤਿਗੁਰੂ ਦੀ ਬੇਅਦਬੀ, ਤੂੰ ਘੋੜੇ ਤੇ ਸਵਾਰ ਹੋ ਕੇ ਆਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਪੈਦਲ ਘੋੜੇ ਦੀਆਂ ਵਾਗਾਂ ਫੜ ਕੇ ਆਏ। ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਨੇ, ਚੌਪਾਲ ਡਿੱਗੇ ਤੇ ਰੋ ਰੋ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਭਾਵ ਕੇ ਬਾਬਾ ਲਹਿਣਾ ਜੀ ਦਾ ਦਾੜਾ ਗਿੱਲਾ ਹੋ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮੋਢੇ ਹੱਥ ਧਰਿਆ, ਪਿਆਰ ਨਾਲ ਪੁੱਛਿਆ, ਪੁਰਖਾ ਬਿਰਹਾ ਕਿਉਂ, ਬੈਰਾਗ ਕਿਉਂ? ਬਾਬਾ ਲਹਿਣਾ ਜੀ ਕਹਿੰਦੇ, ਸੱਚੇ ਪਾਤਸ਼ਾਹ ਗਲਤੀ ਜੋ ਹੋ ਗਈ, ਭੁੱਲ ਹੋ ਗਈ, ਬੇਅਦਬੀ ਹੋ ਗਈ ਆਪ ਜੀ ਦੀ। ਸਤਿਗੁਰੂ ਜੀ ਕਹਿੰਦੇ, ਆਪਣਾ ਨਾਮ ਤੇ ਅਜੇ ਤੱਕ ਦੱਸਿਆ ਨਹੀਂ, ਹੱਥ ਜੋੜ ਕੇ ਬਿਨੈ ਕੀਤੀ ਸੱਚੇ ਪਾਤਸ਼ਾਹ, ਮਾਤਾ ਪਿਤਾ ਨੇ ਨਾਮ ਧਰਿਆ ਲਹਿਣਾ। ਉਸੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿੰਦੇ, ਲੈਣਿਆ ਫਿਰ ਰੋ ਨਾ, ਬਰਾਗ ਨਾ ਕਰ, ਲੈਣ ਵਾਲੇ ਘੋੜਿਆਂ ਤੇ ਚੜ ਕੇ ਆਉਂਦੇ ਆ, ਮੈਂ ਤੇਰਾ ਬਹੁਤ ਕੁਝ ਦੇਣਾ, ਤੂੰ ਲੈਣ ਵਾਸਤੇ ਆ ਗਿਆ, ਇਸ ਕਰਕੇ ਬਰਾਗ ਨਾ ਕਰੀ। ਤੇ ਗੁਰਮੁਖੋ, ਹੁਣ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਾਬਾ ਲਹਿਣਾ ਜੀ ਨੇ ਪਹਿਲੀ ਰਾਤ ਕੱਟੀ। ਪਹਿਲੀ ਰਾਤ ਮਲਾਪ ਦੀ ਰਾਤ ਸੀ, ਗੁਰੂ ਨਾਨਕ ਦੀ ਨੇੜਤਾ ਦੀ ਰਾਤ ਸੀ, ਕਰੀਬਤਾ ਦੀ ਰਾਤ ਸੀ। ਜਨਮਾਂ ਜਨਮਾਂ ਤੋਂ ਸਿੱਖਾਂ ਸਿੱਖਦਿਆਂ ਇਹ ਰਾਤ ਆਈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਾਬਾ ਲਹਿਣਾ ਜੀ ਅੱਜ ਦੀ ਰਾਤ ਟਿਕੇ। ਖੁਸ਼ੀ ਨਾਲ ਨੀਂਦ ਨਹੀਂ ਆਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਪਵਿੱਤਰ ਹੋਈ ਮਿੱਟੀ ਦੇ ਜਰੇ ਜਰੇ ਨੂੰ ਧਿਆਨ ਨਾਲ ਤੱਕਦੇ ਨੇ, ਦੇਖਦੇ ਨੇ। ਰਾਤ ਫਿਰਦਿਆਂ ਬਤੀਤ ਹੋਈ ਤੇ ਕੀ ਦੇਖਿਆ, ਰਾਤ ਵੇਲੇ ਇੱਕ ਬੀਬੀ ਉੱਥੇ ਝਾੜੂ ਲਗਾ ਰਹੀ, ਬੋਕਰ ਫੇਰਦੀ ਹੈ। ਨੇੜੇ ਜਾ ਕੇ ਪੁੱਛਿਆ, ਭੈਣੇ ਰਾਤ ਵੇਲੇ ਗੁਰੂ ਨਾਨਕ ਦੇ ਦਰ ਤੇ ਝਾੜੂ ਦੀ ਸੇਵਾ, ਤੂੰ ਕੌਣ ਹੈ? ਉਹ ਬੀਬੀ ਬੋਲ ਕੇ ਕਹਿੰਦੀ ਹੈ, ਲੈਣਿਆ ਤੂੰ ਮੈਨੂੰ ਪਛਾਣਿਆ ਨਹੀਂ, ਪਛਾਣਿਆ ਨਹੀਂ ਮੈਨੂੰ, ਮੈਂ ਉਹੀ ਹਾਂ ਪੈਰਾਂ ਵਿੱਚ ਘੁੰਗਰੂ ਬੰਨ ਕੇ ਨੱਚਦਾ ਹੋਇਆ ਹਰ ਸਾਲ ਜਿਹਨੂੰ ਮਿਲਣ ਵਾਸਤੇ ਜਾਂਦਾ। ਬਾਬਾ ਲਹਿਣਾ ਜੀ ਕਹਿੰਦੇ, ਤੂੰ ਤੂੰ ਇੱਥੇ ਕੀ ਕਰਦੀ ਹੈ? ਉਸ ਬੀਬੀ ਨੇ ਬਾਬਾ ਲਹਿਣਾ ਜੀ ਨੂੰ ਜਵਾਬ ਦਿੱਤਾ, ਲਹਿਣਿਆ ਜੋ ਕੁਝ ਮੈਂ ਤੁਹਾਨੂੰ ਦਿੰਦੀ ਹਾਂ ਥੋੜਾ ਬਹੁਤਾ, ਮੇਰੇ ਕੋਲ ਕਿੱਥੋਂ ਆਉਣਾ? ਮੈਂ ਤੇ ਗੁਰੂ ਨਾਨਕ ਦੇ ਦਰ ਤੋਂ ਝਾੜੂ ਲਗਾ ਕੇ ਇੱਥੋਂ ਇਕੱਠਾ ਕਰਕੇ ਲੈ ਕੇ ਜਾਂਦੀ ਹਾਂ। ਇੱਥੋਂ ਝਾੜੂ ਲਗਾ ਕੇ ਇੱਥੋਂ ਦੀਆਂ ਬਰਕਤਾਂ ਲਿਜਾ ਕੇ ਮੈਂ ਤੁਹਾਨੂੰ ਵੰਡਦੀ ਹਾਂ। ਤੇ ਗੁਰਮੁਖੋ, ਸਮਾਂ ਆਪਣੀ ਚਾਲ ਚੱਲਦਾ ਗਿਆ। ਅੱਜ ਬਾਬੇ ਨਾਨਕ ਦੇ ਨਾਲ ਭਾਈ ਲਹਿਣਾ ਜੀ ਖੇਤਾਂ ਵਿੱਚ ਗਏ, ਝੋਨੇ ਦੇ ਖੇਤ ਨੇ, ਗੁਰਸਿੱਖ ਨਾਲ ਨਦੀਨ ਕੱਢ ਰਹੇ ਨਦੀਨ।
ਨਦੀਨ ਜਿਹੜਾ ਹੁੰਦਾ ਨਾ ਗੁਰਮੁਖ, ਉਹਨੂੰ ਬੀਜਣ ਦੀ ਲੋੜ ਨਹੀਂ ਪੈਂਦੀ। ਝੋਨਾ ਤੇ ਆਪਾਂ ਬੀਜਦੇ ਹਾਂ, ਆਪਣੇ ਪਿਤਾ ਪਿਤਾਮਾ ਬੀਜਦੇ ਆਏ, ਉਹਨਾਂ ਤੋਂ ਵੱਡੇ ਸਾਡੇ ਬਜ਼ੁਰਗ ਵਡੇਰੇ ਬੀਜਦੇ ਆਏ, ਪਰ ਅੱਜ ਤੱਕ ਸਾਡੇ ਪਿਤਾ ਪੁਰਖੀ ਇਤਿਹਾਸ ਦੇ ਵਿੱਚੋਂ ਸਾਨੂੰ ਇਹ ਨਹੀਂ ਲੱਭੇਗਾ ਕਿ ਸਾਡੇ ਬਜ਼ੁਰਗਾਂ ਨੇ ਕਦੇ ਨਦੀਨ ਵੀ ਬੀਜਿਆ ਹੋਇਆ। ਨਦੀਨ ਕਦੇ ਬੀਜਿਆ ਨਹੀਂ ਜਾਂਦਾ, ਉੱਗਦਾ ਵੀ ਆਪਣੇ ਆਪ ਹੈ ਤੇ ਝੋਨੇ ਤੋਂ ਅੱਗੇ ਵੱਧ ਵੀ ਜਾਂਦਾ ਹੈ, ਉੱਚਾ ਹੋ ਜਾਂਦਾ, ਝੋਨੇ ਤੋਂ ਵੀ ਬਲਵਾਨ ਹੋ ਜਾਂਦਾ। ਨਦੀਨ ਕਢਵਾਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਨਦੀਨ ਕਢਾਉਣ ਦਾ ਅਰਥ ਕੀ ਸੀ? ਗੁਰਮੁਖੋ, ਦੁਨੀਆਂ ਦੇ ਖੇਤ ਵਿੱਚ ਧਰਮ ਤੇ ਬੀਜਣਾ ਪੈਂਦਾ ਹੈ, ਮਸ਼ਕਤ ਕਰਕੇ ਘਾਲਣਾ ਘਾਲ ਕੇ ਧਰਮ ਦੇ ਬੀਜ ਤੇ ਬੀਜਣੇ ਪੈਂਦੇ ਨੇ, ਪਰ ਪਖੰਡ ਦਾ ਨਦੀਨ ਬਿਨਾਂ ਬੀਜਣ ਤੋਂ ਹੀ ਇਸ ਧਰਤੀ ਦੇ ਉੱਤੇ ਉੱਗ ਪੈਂਦਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਧਰਮ ਤੇ ਬੀਜਣਾ ਪੈਂਦਾ ਹੈ, ਪਰ ਪਖੰਡ ਬੀਜਣ ਦੀ ਲੋੜ ਹੈ। ਗੁਰਦੁਆਰੇ ਤੇ ਸਾਨੂੰ ਬਣਾਉਣੇ ਪਏ, ਪਰ ਠੇਕੇ ਤੇ ਨਹੀਂ ਨਾ ਬਣਾਉਣੇ ਪਏ, ਇਹ ਤੇ ਸਹੂਲਤ ਮਿਲ ਗਈ ਸਾਨੂੰ, ਨਦੀਨ ਬੀਜਿਆ ਗਿਆ। ਗੁਰਦੁਆਰੇ ਬਣਾਉਣ ਦੀ ਲੋੜ ਪਈ, ਠੇਕੇ ਬਣਾਉਣ ਦੀ ਲੋੜ ਨਹੀਂ ਪਈ। ਸਰਕਾਰ ਕਹਿੰਦੀ ਲਓ ਜੀ ਪੀਓ ਰੱਜ ਕੇ, ਸਹੂਲਤਾਂ ਦੇਤੀਆਂ ਤੁਹਾਨੂੰ, ਲਓ ਨਜ਼ਾਰੇ ਜ਼ਿੰਦਗੀ ਦੇ। ਸਾਡੀ ਸਾਰੀ ਇਕਾਨਮੀ ਪੰਜਾਬ ਦੀ ਸ਼ਰਾਬ ਦੇ ਸਿਰ ਤੇ ਘੁੰਮਦੀ ਹੈ। ਗੁਰਮੁਖੋ, ਨਦੀਨ ਤੋਂ ਭਾਵ ਪਖੰਡ ਝੂਠ, ਜਿਹਦੀਆਂ ਦੁਕਾਨਾਂ ਨਹੀਂ ਹੁੰਦੀਆਂ ਗੁਰਮੁਖੋ, ਪਰ ਫਿਰ ਵੀ ਇਹਦੇ ਵੱਡੇ ਵੱਡੇ ਸ਼ੋਰੂਮ ਪਤਾ ਨਹੀਂ ਕਿੱਧਰੋਂ ਖੁੱਲ ਜਾਂਦੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਤੋਂ ਨਦੀਨ ਕਢਵਾ ਰਹੇ ਨੇ, ਤੇ ਜਾ ਕੇ ਬਾਬਾ ਲਹਿਣਾ ਜੀ ਵੀ ਵਿੱਚ ਰਲ ਗਏ। ਸੇਵਾ ਕਰਨ ਦਾ ਚਾਅ ਸੀ, ਮਨ ਚ ਭਾਵਨਾ ਸੀ। ਹੁਣ ਗੁਰਮੁਖੋ, ਬੂਟੇ ਤਾਂ ਇੱਕੋ ਵਰਗੇ ਸੀ, ਪਛਾਣ ਨਹੀਂ ਹੋ ਰਹੀ। ਬਾਬਾ ਲਹਿਣਾ ਜੀ ਨਦੀਨ ਦੇ ਨਾਲ ਦੂਜੇ ਬੂਟੇ ਵੀ ਪੱਟੀ ਜਾਂਦੇ ਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਲ ਗਏ, ਕਿਉਂਕਿ ਉਹ ਦੁਕਾਨਦਾਰੀ ਕਰਦੇ ਸੀ, ਬਿਜ਼ਨਸ ਕਰਦੇ ਸੀ, ਖੇਤੀ ਨਹੀਂ ਸੀ ਕੀਤੀ ਕਦੇ ਉਹਨਾਂ ਨੇ, ਨੇੜੇ ਗਏ। ਇਹ ਨਹੀਂ ਆਖਿਆ ਲੈਣਿਆ ਤੂੰ ਇਹ ਕੀ ਕੀਤਾ, ਤਾੜਨਾ ਨਹੀਂ ਕੀਤੀ। ਇਹ ਨਹੀਂ ਆਖਿਆ ਵੀ ਤੂੰ ਗਲਤ ਬੂਟੇ ਪੱਟਦੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਲੈਣਿਆ, ਬੂਟੇ ਪੱਟਣ ਵਾਲੇ ਤੇ ਧਰਤੀ ਤੇ ਪਹਿਲਾਂ ਹੀ ਬਹੁਤ ਨੇ, ਤੈਨੂੰ ਤੇ ਬੂਟੇ ਲਾਉਣ ਦੀ ਸੇਵਾ ਦੇਣੀ ਹੈ। ਨਵੇਂ ਨਵੇਂ ਬੂਟੇ ਲਾਏਗਾ ਤੂੰ, ਤੇਰੇ ਤੋਂ ਤੇ ਬੂਟੇ ਲਾਉਣ ਦੀ ਸੇਵਾ ਲੈਣੀ ਹੈ। ਇਸ ਤਰ੍ਹਾਂ ਦੀਆਂ ਰਮਜਾਂ ਦੇ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਲਹਿਣੇ ਨਾਲ ਸਾਂਝੇ ਕਰਦੇ ਆ। ਇੱਕ ਦਿਨ ਗੁਰੂ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ, ਲੈਣਿਆ ਜਾ ਆਪਣੇ ਘਰੇ, ਜਾ ਆਪਣੇ ਬੱਚਿਆਂ ਨੂੰ ਮਿਲ, ਆਪਣੇ ਪਰਿਵਾਰ ਨੂੰ ਮਿਲ। ਮਨ ਨਹੀਂ ਸੀ ਕਰਦਾ, ਪਰ ਪਿਆਰੇ ਦਾ ਹੁਕਮ ਮੰਨ ਕੇ ਗਏ ਖੰਡੂਰ ਦੀ ਧਰਤੀ ਤੇ। ਤੇ ਗੁਰਮੁਖੋ, ਧੰਨ ਮਾਤਾ ਖੀਵੀ ਜੀ, ਧੰਨ ਬੀਬੀ ਅਮਰੋ, ਧੰਨ ਬੀਬੀ ਅਨੋਖੀ। ਤੇ ਗੁਰਮੁਖੋ, ਇਹ ਪਰਿਵਾਰ ਬਾਬਾ ਦਾਤੂ ਜੀ ਤੇ ਬਾਬਾ ਦਾਸੂ ਜੀ ਸਾਹਿਬਜ਼ਾਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ। ਸਮਾਂ ਆਪਣੀ ਚਾਲ ਚੱਲ ਰਿਹਾ ਹੈ, ਸਰੀਰ ਬੈਠਦਾ ਦੁਕਾਨ ਤੇ, ਮਨ ਕਰਤਾਰਪੁਰ ਹੈ। ਸਰੀਰ ਬੈਠਦਾ ਪਰਿਵਾਰ ਵਿੱਚ, ਧਿਆਨ ਕਰਤਾਰਪੁਰ ਹੈ। ਤੇ ਗੁਰਮੁਖੋ, ਅੱਜ ਮਨ ਖਿੱਚਿਆ ਗਿਆ ਦੁਬਾਰੇ, ਤਿਆਰੀ ਕੀਤੀ ਕਰਤਾਰਪੁਰ ਸਾਹਿਬ ਨੂੰ ਜਾਣ ਲਈ,
ਇਤਿਹਾਸ ਕਹਿੰਦਾ ਇੱਕ ਲੂਣ ਦੀ ਪੰਡ ਵੱਡੀ ਪੰਡ ਬੰਨੀ ਗੁਰੂ ਕੇ ਲੰਗਰ ਵਿੱਚ ਪਾਉਣ ਵਾਸਤੇ। ਜਦੋਂ ਲੂਣ ਦੀ ਪੰਡ ਲੈ ਕੇ ਤੁਰਨ ਲੱਗੇ ਤੇ ਧੰਨ ਮਾਤਾ ਖੀਵੀ ਜੀ ਨੇ ਅੱਗੇ ਹੋ ਕੇ ਆਖਿਆ, ਤੁਸੀਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਸਿੱਖੀ ਕਮਾਓ, ਸੇਵਾ ਕਮਾਓ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਤੁਸੀਂ ਤੇ ਘਰ ਛੱਡ ਕੇ ਉੱਥੇ ਬੈਠ ਜਾਂਦੇ ਹੋ, ਜਾ ਕੇ ਘਰ ਨੂੰ ਭੁੱਲ ਹੀ ਜਾਂਦੇ ਹੋ। ਉਹ ਸਮੇਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣੇ ਦੇ ਰੂਪ ਵਿੱਚ ਜਵਾਬ ਦਿੱਤਾ ਸੀ, ਗੁਰਮੁਖੋ ਇਸ ਬਚਨ ਨੂੰ ਪੱਲੇ ਬੰਨ ਲਈਏ। ਭਾਈ ਲਹਿਣਾ ਜੀ ਕਹਿੰਦੇ, ਭਗਵਾਨ ਨੇ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਘਰ ਨੂੰ ਛੱਡਣ ਵਾਸਤੇ ਨਹੀਂ ਜਾ ਰਿਹਾ, ਮੈਂ ਤੇ ਗੁਰੂ ਨਾਨਕ ਦੇ ਚਰਨਾਂ ਵਿੱਚ ਇਸ ਲਈ ਜਾ ਰਿਹਾ, ਮੈਨੂੰ ਘਰ ਵਿੱਚ ਰਹਿਣ ਦੀ ਜਾਚ ਤੇ ਆ ਜੇ ਕਿ ਘਰ ਵਿੱਚ ਰਹਿਣਾ ਕਿਵੇਂ, ਘਰ ਵਿੱਚ ਰਹਿਣਾ ਕਿਵੇਂ। ਆਪਾਂ ਘਰਾਂ ਚ ਰਹਿੰਦੇ ਹਾਂ ਪਰ ਗੁਰਮੁਖੋ ਘਰਾਂ ਚ ਰਹਿਣ ਦੀ ਜਾਚ ਨਹੀਂ ਆਉਂਦੀ ਜਿੰਨੀ ਦੇਰ ਤੱਕ ਗੁਰੂ ਵਾਲੇ ਨਾ ਬਣੇ। ਪਰਿਵਾਰਾਂ ਚ ਰਹਿੰਦੇ ਹਾਂ ਪਰ ਪਰਿਵਾਰ ਵਿੱਚ ਰਹਿਣ ਦੀ ਵੀ ਜਾਚ ਨਹੀਂ ਆਏਗੀ ਜਿੰਨੀ ਦੇਰ ਤੱਕ ਗੁਰਮਤ ਦਾ ਆਪਾਂ ਪੱਲਾ ਨਹੀਂ ਫੜਾਂਗੇ। ਸੰਸਾਰ ਵਿੱਚ ਰਹਿੰਦੇ ਹਾਂ, ਸੰਸਾਰ ਵਿੱਚ ਰਹਿਣ ਦੀ ਵੀ ਜਾਚ ਤਾਂ ਆਏਗੀ ਜੇ ਆਪਾਂ ਗੁਰੂ ਦੀ ਸਿੱਖਿਆ ਦਾ ਪੱਲਾ ਫੜਾਂਗੇ। ਭਾਈ ਲਹਿਣਾ ਜੀ ਕਹਿੰਦੇ, ਮੈਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਇਸ ਕਰਕੇ ਜਾ ਰਿਹਾ ਤਾਂ ਕਿ ਮੈਨੂੰ ਘਰ ਚ ਰਹਿਣ ਦੀ ਜਾਚ ਆ ਜਾਏ, ਜੁਗਤ ਮਿਲ ਜਾਏ। ਉਹ ਜੁਗਤ ਜਿਸ ਜੁਗਤ ਦਾ ਧਾਰਨੀ ਬਣ ਕੇ ਗੁਰਸਿੱਖ ਪਰਿਵਾਰ ਵਿੱਚ ਰਹਿੰਦਿਆਂ ਗ੍ਰਿਸਤ ਵਿੱਚ ਰਹਿੰਦਿਆਂ ਵੀ ਰੱਬ ਨੂੰ ਪਾ ਸਕਦਾ ਹੈ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਖੇਤਾਂ ਵਿੱਚ ਗਏ ਹੋਏ ਨੇ, ਲੂਣ ਦੀ ਪੰਡ ਧਰੀ ਦੌੜ ਕੇ ਗਏ, ਮਾਤਾ ਸੁਲੱਖਣੀ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਹੱਥ ਜੋੜ ਕੇ ਕਹਿੰਦੇ ਸਾਹਿਬ ਜੀ ਕਿੱਥੇ ਨੇ, ਗੁਰੂ ਜੀ ਕਿੱਥੇ ਨੇ। ਮਾਤਾ ਸੁਲੱਖਣੀ ਜੀ ਨੇ ਸਮਝਾਇਆ, ਖੇਤਾਂ ਨੂੰ ਗਏ ਨੇ, ਜਲ ਨਹੀਂ ਛਕਿਆ, ਕੁਝ ਨਹੀਂ ਛਕਿਆ, ਕੱਪੜੇ ਨਹੀਂ ਬਦਲੇ, ਦੌੜ ਗਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲੱਗ ਜਾ ਕੇ। ਜਦੋਂ ਪਹੁੰਚੇ ਤੇ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੇਤਾਂ ਵਿੱਚੋਂ ਨਦੀਨ ਕਢਵਾ ਕੇ ਨਾ ਪੰਡਾਂ ਬੰਨ ਕੇ ਤਿਆਰੀ ਕੀਤੀ ਹੋਈ ਸੀ, ਲਿਜਾ ਕੇ ਪਸ਼ੂਆਂ ਨੂੰ ਪਾਉਣਾ ਸੀ। ਗਏ ਬਾਬਾ ਲਹਿਣਾ ਜੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਲਹਿਣਿਆ ਪੰਡ ਚੁੱਕ ਲੇਗਾ, ਚੁਕਾਈਏ ਤੈਨੂੰ ਪੰਡ। ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ, ਤੇਰੀ ਕਿਰਪਾ ਹੋਏ, ਤੇਰੀ ਬਖਸ਼ਿਸ਼ ਹੋਏ ਤਾਂ ਚੁੱਕ ਸਕਦਾ। ਨਹੀਂ ਵਸਤਰਾਂ ਦੀ ਪਰਵਾਹ ਕੀਤੀ, ਨਹੀਂ ਪੁਸ਼ਾਕ ਦੀ ਪਰਵਾਹ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਦੀਨ ਦੀ ਲਿਬੜੀ ਹੋਈ ਪੰਡ, ਪਾਣੀ ਚੋਰਿਆ, ਚਿੱਕੜ ਚੋਰਿਆ, ਵਿੱਚੋਂ ਗਾਰਾ ਡਿੱਗ ਰਿਹਾ, ਬਾਬਾ ਲਹਿਣਾ ਜੀ ਦੇ ਸੀਸ ਦੇ ਉੱਤੇ ਟਿਕਾ ਦਿੱਤੀ। ਚੁੱਕ ਕੇ ਜਦੋਂ ਘਰ ਆਏ, ਮਾਤਾ ਸੁਲੱਖਣੀ ਜੀ ਨੇ ਆਉਂਦਿਆਂ ਨੂੰ ਦੇਖਿਆ ਸੀ, ਸੋਹਣੇ ਕੱਪੜੇ, ਕੀਮਤੀ ਕੱਪੜੇ ਪਾਏ ਸੀ, ਸਾਰੀ ਪੁਸ਼ਾਕ ਪਾਣੀ ਨਾਲ, ਗਾਰੇ ਨਾਲ, ਮਿੱਟੀ ਨਾਲ ਲਿਬੜ ਗਈ। ਨੇੜੇ ਜਾ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਧੰਨ ਮਾਤਾ ਸੁਲੱਖਣੀ ਜੀ ਕਹਿੰਦੇ, ਦੇਖਦੇ ਲੈਂਦੇ ਕਿੰਨੇ ਸੋਹਣੇ ਕੱਪੜੇ, ਕਿੰਨੇ ਸਾਫ਼ ਵਸਤਰ ਪਹਿਨ ਕੇ ਆਇਆ ਸੀ, ਇਹਦੀ ਸਾਰੀ ਪੁਸ਼ਾਕ ਲਬੇੜ ਕੇ ਰੱਖ ਦਿੱਤੀ, ਕਿਸੇ ਹੋਰ ਨੂੰ ਪੰਡ ਚੁਕਾ ਦਿੰਦੇ, ਕਿੰਨੇ ਗੁਰਸਿੱਖ ਸੀ ਤੁਹਾਡੇ ਕੋਲ। ਦੋ ਬਚਨ ਕਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਸੁਲੱਖਣੀਏ ਮੇਰੀ ਪੰਡ ਨੂੰ ਚੁੱਕਣ ਵਾਲਾ ਬਸ ਇਹੀ ਹੈ,
ਜਿਹੜੀ ਪੰਡ ਮੈਂ ਇਹਦੇ ਸਿਰ ਤੇ ਧਰਨੀ ਹੈ ਉਹ ਪੰਡ ਨੂੰ ਚੁੱਕਣ ਵਾਲਾ ਬਸ ਇਹੀ ਹੈ। ਤੂੰ ਇਹਦੀ ਬਾਹਰਲੀ ਪੋਸ਼ਾਕ ਵੱਲ ਨਾ ਦੇਖੀ, ਚਿੱਕੜ ਪੈ ਗਿਆ, ਪਾਣੀ ਪੈ ਗਿਆ, ਇਹ ਚਿੱਕੜ ਨਹੀਂ, ਇਹ ਤੇ ਕੇਸਰ ਛਿੜਕਿਆ ਗਿਆ, ਕੇਸਰ ਛਿੜਕਿਆ ਗਿਆ ਪੋਸ਼ਾਕੇ ਦੇ ਉੱਤੇ। ਸਮਾਂ ਆਪਣੀ ਚਾਲ ਚੱਲਦਾ ਗਿਆ ਗੁਰਮੁਖੋ, 7 ਸਾਲ ਦਾ ਸਮਾਂ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦੇ ਰਹੇ। ਕਸਵੱਟੀਆਂ ਲੱਗਦੀਆਂ ਰਹੀਆਂ, ਕਿੰਨੀਆਂ ਕੁ ਬਾਤਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣ। ਇੱਕ ਦੋ ਘਟਨਾਵਾਂ ਕਹਿ ਕੇ ਆਪਾਂ ਸਮਾਪਤੀ ਵਾਲੇ ਪਾਸੇ ਜਾਣਾ। ਉਹ ਜਿਹੜੀਆਂ ਸਾਖੀਆਂ ਜਿਨ੍ਹਾਂ ਦੇ ਵਿੱਚੋਂ ਰੱਬੀ ਰਜ਼ਾ ਦੇ ਦਰਸ਼ਨ ਹੁੰਦੇ ਆ। ਅੱਧੀ ਰਾਤ ਵੇਲੇ ਸਾਹਿਬ ਜੀ ਨੇ ਕਹਿਣਾ ਲੈਣਿਆ ਜਾਂ ਕੱਪੜੇ ਧੋ ਲਿਆ, ਜਾ ਕੇ ਸੁਕਾ ਕੇ ਲੈ ਆਈ, ਕੱਪੜੇ ਧੋ ਲਿਆ ਸੁਕਾ ਕੇ ਲੈ ਆਈ। ਪੁੱਤਰਾਂ ਨੂੰ ਆਖਿਆ, ਕਹਿੰਦੇ ਦਿਨ ਨਹੀਂ ਚੜਨਾ, ਕੱਲ ਨੂੰ ਧੋ ਲਾਂਗੇ, ਕੱਪੜੇ ਹੋਰ ਬਥੇਰੇ। ਪਰ ਬਾਬਾ ਲਹਿਣਾ ਜੀ ਗਏ, ਗੁਰਮੁਖ ਪਿਆਰਿਓ ਜੇ ਭਾਵਨਾ ਦੀ ਅੱਖ ਨਾਲ ਆਪਾਂ ਤੱਕੀਏ, ਜਦੋਂ ਨਦੀ ਤੇ ਗਏ ਵਸਤਰ ਧੋਤੇ, ਸੱਚ ਜਾਣਿਓ ਬਾਬੇ ਲਹਿਣੇ ਦੇ ਅੰਦਰ ਵੀ ਸੂਰਜ ਚੜ ਗਿਆ ਤੇ ਬਾਹਰ ਵੀ ਸੂਰਜ ਚੜ ਗਿਆ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅੰਦਰ ਸੂਰਜ ਚੜਿਆ ਹੈ ਤੇ ਬਾਹਰ ਵੀ ਸੂਰਜ ਚੜਿਆ, ਤਾਂ ਹੀ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅੱਜ ਵੀ ਆਸਾ ਕੀ ਵਾਰ ਦੇ ਪਹਿਲੇ ਸਲੋਕ ਦੇ ਵਿੱਚ ਬੋਲ ਕੇ ਕਹਿ ਰਹੇ ਨੇ। ਪਹਿਲੇ ਸਲੋਕ ਦੇ ਵਿੱਚ ਕੀ ਕਹਿੰਦੇ ਨੇ, ਸਾਨੂੰ ਗੁਰਾਂ ਬਿਨਾ ਘੋਰ ਅੰਧੇਰਾ, ਚੰਦ ਭਾਵੇਂ ਸੌ ਚੜਦੇ, ਗੁਰਾਂ ਬਿਨਾ ਘੋਰ ਅੰਧੇਰਾ, ਚੰਦ ਭਾਵੇਂ ਸੌ ਚੜਦੇ, ਸਾਰੇ ਬੋਲੋ ਸਾਨੂੰ ਗੁਰਾਂ ਬਿਨਾ ਘੋਰ ਅੰਧੇਰਾ, ਚੰਦ ਭਾਵੇਂ ਸੌ ਚੜਦੇ, ਸਾਨੂੰ ਗੁਰਾਂ ਬਿਨਾ ਹੋਰ ਅੰਧੇਰਾ, ਚੰਦ ਭਾਵੇਂ ਸੌ ਚੜਦੇ,